ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ। ਇੱਕ ਵਿੱਚ ਝੋਟੀ ਆ ਟੋਪ ਦੀ, ਇੱਕ ਬਾਈ ਕੋਲੇ ਘੱਟਾ ਗਾ। ਆਓ ਪੁੱਛ ਲੈਨੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹੋਰ ਠੀਕ ਹੋ? ਵਧੀਆ। ਹਾਂ, ਪੂਰੇ ਓਕੇ ਆ ਜੀ। ਨਾਮ ਤੇ ਐਡਰੈਸ ਬੋਲ ਦਿਓ। ਨਾਂ ਚਮਕੌਰ ਸਿੰਘ ਜੀ, ਪਿੰਡ ਸੈਦੋਕੇ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਜੀ। ਨੇੜੇ ਪਿੰਡ ਬਾਈ? ਆਨੰਦਪੁਰਾ ਪੈਂਦਾ, ਇੱਧਰ ਭਦੌੜ ਵੀ ਨੇੜੇ ਆ ਬਾਈ, ਠੀਕ ਆ ਬਾਈ। ਨਿਹਾਲ ਸਿੰਘ ਵਾਲਾ ਵੀ ਨੇੜੇ ਆ। ਮੋਬਾਈਲ ਨੰਬਰ ਬੋਲ ਦਿਓ। 8479-1449। ਠੀਕ ਆ ਬਾਈ। ਬਾਈ ਜਿਹੜੀ ਝੋਟੀ ਦੇ ਰਹੇ, ਕਿੰਨੀ ਕੁ ਉਮਰ ਆ ਜੀ? ਇਹ 13 ਮਹੀਨਿਆਂ ਦੀ ਕੱਟੀ ਆ ਵੀਰ ਜੀ। 13 ਮਹੀਨਿਆਂ ਦੀ? ਹਾਂਜੀ। ਕਿੰਨਾ ਦੁੱਧ ਸੀ ਮਾਂ ਥੱਲੇ? ਮਾਂ ਥੱਲੇ 17+ ਦੁੱਧ ਆ ਜੀ। ਇੱਥੋਂ ਪਿੰਡੋਂ ਹੀ ਲਈ, ਆਪਾਂ ਦਿਖਾ ਸਕਦੇ ਹਾਂ ਮੱਝ ਵੀ ਘਰੇ ਲਿਜਾ ਕੇ। ਠੀਕ ਆ ਬਾਈ। ਕਿਹੜੇ ਟੀਕੇ ਦੀ ਆ ਪਤਾ ਕੁਛ? ਨਹੀਂ, ਟੀਕੇ ਬਾਰੇ ਨਹੀਂ ਵੀਰੇ ਮੈਨੂੰ ਨੌਲੇਜ ਹੈਗੀ, ਮੈਂ ਤਾਂ ਨਹੀਂ। ਫੇਸ ਬੜਾ ਚੰਗਾ, ਸਿੰਘ ਦੇਖੋ ਬਾਈ, ਜਮਾ ਨਾਲੋਂ ਮੋੜੇ ਵਿਆ, ਦੋਨੇ ਸਿੰਘ ਇੱਕੋ ਜਿਹਾ, ਫੇਸ ਕੁਆਲਿਟੀ ਕਮਾਲ ਦੀ ਆ, ਕੱਦ ਵੱਡ ਚੰਗਾ। ਪਿਓਰ ਮੋਹਰਾ ਕਹਿੰਦੇ ਸੀ ਬੰਦੇ। ਠੀਕ ਆ ਬਾਈ। ਉਹਦਾ ਕੋਈ ਮੁਸੀਬਤ ਸੀ ਅਗਲੇ ਦਿਨ? ਝੋਲੀ ਚੈੱਕ ਕਰਵਾਉਂਦੇ ਆ। ਥਾਣ ਬਹੁਤ ਚੰਗਾ ਲੱਗਿਆ ਹਨ, ਕੱਲਾ ਥਾਣ ਕੱਲਾ ਤਾਂ ਥਾਣ, ਬੜਾ ਚੰਗਾ ਲੱਗਿਆ, ਠੰਡੀ ਬਹੁਤ। ਕਿਆ ਬਾਤ! ਹੌਲੀ ਬਾਈ ਤੋਰ ਕੇ ਰਖਾ ਦੇ। ਆਜਾ ਪੁੱਤ, ਕੱਦ ਵੱਡ ਚੰਗਾ, ਚੰਗੀ ਆ ਝੋਟੀ, ਸਮੀ ਪਲੀ ਆ, ਰਾਜੀ ਆ, ਫੇਸ ਚੰਗਾ, ਸਿੰਘ ਕੁਆਲਿਟੀ ਚੰਗੀ ਆ, ਥਾਣ ਬਹੁਤ ਚੰਗਾ ਲੱਗਿਆ ਬਾਈ। ਆਜਾ ਪੁੱਤ, ਕੀ ਮੁੱਲ ਆ ਜਾਇਜ਼ਾ ਫਿਰ? ਜਾਵਾਂ ਜੀ ਮੁੜ ਕੇ? ਹਾਂ ਮੁੜ ਲਿਓ। ਮੁੱਲ ਕੀ ਆ ਬਾਈ ਜਾਇਜ਼ਾ? ਮੁੱਲ ਜਿੰਨਾ ਮਰਜ਼ੀ ਕਹੇ, 42,000 ਦਾ ਬੱਚਾ ਦੇ ਦਾਂਗੇ ਬਾਈ ਆਪਾਂ। ਠੀਕ ਆ ਬਾਈ। ਮੁੱਲ ਕਰਾਉਣਾ ਬਾਈ ਕਹਿੰਦਾ, ਜਿੰਨਾ ਮਰਜ਼ੀ ਕਰਾ ਲਓ, 42,000 ਦੀ ਝੋਟੀ ਦੇ ਦੇਂਗੇ। ਚੰਗੀ ਆ ਝੋਟੀ, ਸਮੀ ਪਲੀ ਆ ਬਾਈ, ਸਿੰਘ ਸੁੰਘ ਬਹੁਤ ਚੰਗਾ, ਕਰਮ ਵਾਲੀ ਦਾ ਜਿੰਨਾ ਕਹਿੰਦੇ ਉਨਾ ਹੀ ਚੰਗਾ। ਪਿਓਰ ਮੁਰਾ ਦੀ ਹੈ। ਅਲਾ ਕਹਿੰਦਾ ਨਰ ਪੀਆ ਕੁੱਲ ਬੰਦਾ, ਬਿਲਕੁਲ ਲੈ ਮੂੰਹ ਵੀ ਦੇਖ। ਮੂੰਹ ਬੜਾ ਚੰਗਾ ਹਨਾ, ਮੂੰਹ ਦੇਖ। ਆਇਆ ਪੁੱਤ, ਅਜਾ ਕੋਈ ਚੱਕਰ, ਤਿਲਕਣ ਹੋਈ ਪਈ, ਤਿਲਕਣਾ ਥੋੜੀ। ਪਿੱਠ ਪੜਾ ਬਹੁਤ ਚੰਗਾ ਹਨਾ, ਚੌੜੀ ਚੂੜੀ ਬਹੁਤ ਆ। ਹਾਂ ਹਾਂ ਬਾਈ, ਸੇਵਾ ਦੁੱਧ ਤੇ ਤਾਲੀ ਵੀ ਅਗਲੇ ਦੀ ਵੀਰੇ। ਸਹੀ ਗੱਲ ਆ ਬਾਈ। ਅੱਗੇ ਬਾਈ ਕੱਟਾ ਕਿੰਨੀ ਕੁ ਉਮਰ ਹੈ ਜੀ? ਇਹ 16 ਮਹੀਨਿਆਂ ਦਾ ਵੀਰੇ। 16 ਮਹੀਨਿਆਂ ਦਾ? ਹਾਂਜੀ। ਕਿਹੜੇ ਟੀਕੇ ਦਾ ਬਾਈ? ਟੀਕੇ ਦਾ ਰਾਜਸਥਾਨ ਚ ਝੂਠਾ ਜਿਹੜਾ ਯਾਰ, ਹਰਿਆਣੇ ਚ। ਅੱਛਾ, ਉਹਦਾ ਗਾ ਮਾਂ ਥੱਲੇ ਪਲੂਣ ਥੱਲੇ 14 ਕਿਲੋ ਦੁੱਧ ਹੈ ਜੀ ਥੱਲੇ। ਪਲੂਣ ਥੱਲੇ 14 ਲੀਟਰ ਦਾ? ਹਾਂਜੀ। ਠੀਕ ਆ ਬਾਈ। ਕੱਦ ਬਹੁਤ ਆ ਗੱਟੇ? ਹਾਂਜੀ, ਕੱਦ ਦੇਖ ਲਓ ਮੇਰੇ ਨਾਲ ਮਿਲਾ ਕੇ। ਨਾ ਬਾਈ ਨੇ ਉਮਰ ਦੱਸੀ ਹੈ ਨਾ, ਉਸ ਹਿਸਾਬ ਨਾਲ ਕੱਦ ਦੇਖੋ ਬਾਈ, ਕੱਦ ਫੁੱਲ ਆ, ਸਮੇਂ ਪਲਿਆ ਫੁੱਲ ਆ, ਝੋਲੀ ਝੋਲੀ ਬਹੁਤ ਵਧੀਆ, ਐ ਨੀ ਵੀ ਤੇਜੀ ਵੀ ਨੀ ਹੋਊ। ਲਾ ਸਹੀ ਗੱਲ ਆ ਬਾਈ। ਕਿਆ ਬਾਤ ਆ ਬਾਈ! ਇੱਕੋ ਜੀ ਖੋਲੀ ਬਾਈ, ਤੋਰ ਕੇ ਦਿਖਾਈ। ਤੋਰ ਰਿਹਾ ਹੈ ਬੜਾ ਚੰਗਾ, ਸਿੰਘ ਸੁੰਘ ਬਹੁਤ ਚੰਗਾ, ਸਮਿਆ ਪਲਿਆ ਰਾਜੀ ਆ ਫੁੱਲ, ਕੱਦ ਵੱਡਾ ਵਾਲਾ ਕਰਮ ਵਾਲਾ। ਅਜਾ ਮਾਂ ਦਾ ਦੁੱਧ ਬਾਈ ਨੇ ਬਹੁਤ ਚੰਗਾ ਦੱਸਿਆ। ਕਿੰਨਾ ਦੁੱਧ ਦੱਸਿਆ ਮਾਂ ਦਾ? 14 ਕਿਲੋ ਪਲੂਣ ਕੱਟੀ ਥੱਲੇ। ਅੱਛਾ, ਪਲੂਣ ਨੇ 14 ਲੀਟਰ ਦੁੱਧ ਦਿੱਤਾ ਬਾਈ, ਹੁਣ ਦੁਬਾਰੇ ਸੂਣ ਵਾਲੀ ਆ। ਠੀਕ ਆ ਬਾਈ। ਕੀ ਮੁੱਲ ਆ ਫਿਰ ਇਹਦਾ ਕੱਟੇ ਦਾ? 65,000 ਮੁੱਲ ਆ ਜੀ। ਮਾਨ ਤਾਨ ਹੋ ਜੂ? ਹਾਂਜੀ, ਮਾਨ ਤਾਨ ਕਰ ਦਾਂਗੇ ਵੀਰੇ, ਘਰੇ ਰੱਖਣ ਵਾਲਾ ਸੌਂਕੀ ਬੰਦਾ ਹੋਇਆ। ਠੀਕ ਆ। 65,000 ਰੁਪਇਆ ਮੁੱਲ ਆ ਬਾਈ। ਮੁਸਲਮਾਨ ਤਾਂ ਉਹਦੀ ਆਉਂਦੇ ਸੀ, ਮੈਂ ਤਾਂ ਆਪਾਂ ਦੇਣਾ ਨਹੀਂ ਹੈਗਾ ਬਾਈ। ਠੀਕ ਆ ਬਾਈ, 65,000 ਰੁਪਇਆ ਮੁੱਲ ਆ, ਬਾਕੀ ਜਿਹੜਾ ਮਾਨ ਤਾਨ ਜ਼ਰੂਰ ਹੋ ਜੂ। ਚੰਗਾ ਬਾਈ, ਇੱਕੋ ਪੱਠਾ ਦਿਖਾਉਣਗੇ ਆਪਾਂ ਬਾਈ। ਫੁੱਲ ਕੱਦ ਆ ਬਾਈ, ਕੱਦ ਕੋਈ ਛੋਟਾ ਨਹੀਂ ਹੈਗਾ, ਫੁੱਲ ਕੱਦ ਆ, ਸਮੇਂ ਪਲਿਆ ਪੂਰਾ ਗਾ ਬਾਈ। ਨਾ ਪੁੱਤ, ਇਹ ਤਾਂ ਹੈਗਾ ਬੀਟਲ। ਬੀਟਲ ਆ ਇਹ? ਹਾਂ। ਠੀਕ ਆ ਬਾਈ, 3-3 ਮਹੀਨਿਆਂ ਦੇ ਬੱਚੇ ਆ, ਪਾਠਾ ਆ ਬੱਕਰਾ ਗਾ। ਠੀਕ ਆ, ਉਹ ਬੱਕਰਾ ਇਹ ਪਾਠਾ ਗਾ, 3-3 ਮਹੀਨਿਆਂ ਦੀ ਉਮਰ ਆ। ਹਾਂਜੀ, 3-3 ਮਹੀਨਿਆਂ ਦੀ। ਆ ਕਿਹੜੀ ਨਸਲ ਆ? ਇਹ ਬਰਬਰੀਆਂ ਜੀ। ਠੀਕ ਆ ਬਾਈ, ਇਹਨਾਂ ਦੀ ਉਮਰ ਕਿੰਨੀ ਕੁ? ਇਹ 4 ਦੰਦ। ਠੀਕ ਆ, ਇਹ ਵੀ 4 ਦੰਦ। ਆਹ ਜਿਹੜੀ ਇੰਦਰਲੀ, ਇਹ ਤਾਂ ਹੈਗੀ 4.5 ਮਹੀਨਿਆਂ ਦੀ ਗੱਬਣ ਬਾਈ। ਗੱਬਣ? ਠੀਕ ਆ। ਤੇ ਇਹ ਹੈਗੀ 2.5 ਮਹੀਨਿਆਂ ਦੀ। 2.5 ਮਹੀਨੇ ਦੀ ਗੱਬਣ। ਇਹ ਅਵਸਰ ਪਾਠਾ ਚੌਗੀ ਆ ਮੂੰਹ। ਠੀਕ ਆ। ਬੀਟਲ ਮੁੱਲ ਕੀ ਇਹਨਾਂ ਦਾ? ਇਹਦਾ ਤਾਂ ਹੈਗਾ ਜੀ 13,500 ਮੁੱਲ। ਠੀਕ ਆ। ਉਹ ਜੋੜੇ ਦਾ 15,000 ਆ। ਆਹ ਜੋੜੇ ਦਾ? ਹਾਂਜੀ। ਠੀਕ ਆ, ਜੋੜੇ ਦਾ 15,000 ਰੁਪਇਆ। ਹਾਂਜੀ। ਤੇ ਇਹਨਾਂ ਦਾ ਬਈ? ਇਹ ਬੱਕਰੇ ਦਾ 8,500 ਆ ਲੈਣਾ ਆਪਾਂ। ਇਹਦਾ 9,000 ਲੈਣਾ। ਇਹਦਾ 9,000 ਰੁਪਇਆ। ਹਾਂਜੀ। ਮੁੱਲ ਜਾਇਜ਼ ਆ ਬਈ?
ਕਿਸੇ ਵੀਰ ਨੂੰ ਹਨਾ ਕੋਈ ਚਾਹ ਬਣ ਹੋਵੇ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਵੀਰ।